ਅਸੀਂ ਆਪਣੇ ਵੱਲੋਂ ਔਰ ਬਲਾਕ ਕਾਂਗਰਸ ਕਮੇਟੀ ਗੁਰਦਾਸਪੁਰ ਵੱਲੋਂ ਬਰਿੰਦਰ ਸਿੰਘ ਪਾੜਾ ਦਾ ਸਮਰਥਨ ਕਰਦੇ ਹਾਂ ਔਰ ਸਾਡੇ ਜਿੰਨੇ ਵੀ ਆਦਮੀ ਨੇ ਰਾਤ ਦਿਨ ਇੱਕ ਕਰਕੇ ਇਹ ਛੋਟੇ ਵੀਰ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਾਂਗੇ ਜੋ ਕਿ ਗੁਰਦਾਸਪੁਰ ਦੀ ਆਵਾਜ਼ ਬੁਲੰਦ ਕਰ ਸਕੇ ਔਰ ਇਸ ਹਲਕੇ ਦੀ ਵੱਧ ਤੋਂ ਵੱਧ ਡਿਵੈਲਪਮੈਂਟ ਕਰ ਸਕੇ। ਬਹੁਤ ਹੀ ਸਤਿਕਾਰਯੋਗ ਗੁਰਦਾਸਪੁਰ ਹਲਕਾ ਦੇ ਵੋਟਰੋ ਅਤੇ ਸਪੋਟਰੋ, ਸਭ ਅੱਗੇ ਇੱਕੋ ਹੀ ਅਪੀਲ ਹੈ ਕਿ ਵੇਲਾ ਆ ਗਿਆ ਇਲੈਕਸ਼ਨ ਦਾ, ਸਰਕਾਰਾਂ ਬਣਾਉਣ ਦਾ। ਪਹਿਲੇ ਸਾਡੇ ਕਾਂਗਰਸੀਆਂ ਕੋਲੋਂ ਥੋੜ੍ਹੀਆਂ ਬਹੁਤੀਆਂ ਗਲਤੀਆਂ ਹੋਈਆਂ ਜਿਸ ਕਰਕੇ 10 ਸਾਲ ਅਸੀਂ ਪਿੱਛੇ ਪੈ ਗਏ ਹਾਂ। ਹੁਣ ਅਸੀਂ ਸਾਰਿਆਂ ਨੇ ਇਹ ਮਨ ਬਣਾਇਆ ਕਿ ਅਸੀਂ ਇਹੋ ਜਿਹੀ ਜ਼ਾਲਮ ਸਰਕਾਰ ਕੋਲੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋਣਾ ਪਏਗਾ ਔਰ ਜਿਹੜੇ ਅਸੀਂ ਆਲਮੋਸਟ ਹੋ ਵੀ ਚੁੱਕੇ ਹਾਂ, ਜਿਹੜਾ ਕੋਈ ਇੱਕ ਅੱਧਾ ਭਰਾ ਰਹਿ ਗਿਆ ਉਹ ਵੀ ਸਾਡੇ ਵਿੱਚ ਸ਼ਾਮਿਲ ਹੋ ਕੇ ਹਮਲਾ ਮਾਰ ਕੇ ਇਹ ਅਕਾਲੀਆਂ ਦੀ ਸਰਕਾਰ ਨੂੰ ਬਦਲ ਕੇ ਕਾਂਗਰਸ ਦੀ ਸਰਕਾਰ ਲਿਆਈਏ ਤਾਂ ਕਿ ਸਾਰੇ ਲੋਕਾਂ ਦਾ ਵਿਕਾਸ ਵੀ ਹੋ ਸਕੇ, ਸਾਰਿਆਂ ਦਾ ਡਰ ਵੀ ਖਤਮ ਹੋ ਸਕੇ ਅਤੇ ਸਾਰਿਆਂ ਦਾ ਕੁਛ ਨਾ ਕੁਛ ਹਿੱਸਾ ਇਸ ਸਰਕਾਰ ਵਿੱਚ ਪੈ ਸਕੇ। ਇਸ ਲਈ ਅਸੀਂ ਸਾਰੇ ਅੱਗੇ ਅਪੀਲ ਕਰਾਂਗੇ ਕਿ ਸਾਰੇ ਹੀ ਭੈਣ ਭਰਾ ਹਮਲਾ ਮਾਰ ਕੇ ਵੋਟਾਂ ਕਾਂਗਰਸ ਦੇ ਕੈਂਡੀਡੇਟ ਵਰਿੰਦਰ ਮੀਤ ਪਾੜਾ ਜੀ ਨੂੰ ਜਾਂ ਹੋਰ ਵੀ ਜਿੱਥੇ ਜਿੱਥੇ ਹਲਕਿਆਂ ਸਾਡੇ ਕਾਂਗਰਸ ਦੇ ਉਮੀਦਵਾਰ ਖੜ੍ਹੇ ਨੇ ਉਹਨਾਂ ਨੂੰ ਕਾਮਯਾਬੀ ਕਰਕੇ ਅਤੇ ਕੈਪਟਨ ਸਾਹਿਬ ਦੀ ਸਰਕਾਰ ਬਣ ਜਾਏ ਅਤੇ ਸਾਰੀਆਂ ਆਸਾਂ ਮੁਰਾਦਾਂ ਜਿਹੜੀਆਂ ਨੇ ਪਬਲਿਕ ਦੀਆਂ ਪੂਰੀਆਂ ਹੋ ਜਾਣ।